ਪਰਬਾਤੀ ਮਹਲਾ ਤੀਜਾ ਵਿਪਾਸ ਰਾਗ ਪਰਬਾਤੀ ਅਤੇ ਵਿਪਾਸ ਵਿੱਚ ਉਚਾਰ ਕੀਤੀ ਹੋਈ ਇਹ ਬਾਣੀ ਪ੍ਰਾਨ ਗੁਰੂ ਅਮਰਦਾਸ ਜੀ ਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਗਿਰੂ ਕੇਵਲ ਇੱਕ ਹੈ ਸੱਚੇ ਗੁਰੂ ਦੀ ਧਿਆਨ ਨਾਲ ਉਹ ਪਾਇਆ ਜਾਂਦਾ ਹੈ ਗੁਰ ਪ੍ਰਸਾਦੀ ਵੇਖ ਤੋ ਹਰ ਮਨਦਰ ਤੇ ਰ ਨਾਲ ਹੇ ਭਾਈ ਤੋ ਗੁਰੂ ਦੀ ਕਿਰਪਾ ਨਾਲ ਵੇਖ ਪਰਮਾਤਮਾ ਦਾ ਘਰ ਤੇਰੇ ਨਾਲ ਹੈ ਤੇਰੇ ਅੰਦਰ ਹੀ ਹੈ ਹਰ ਮੰਦਰ ਸਬਦੇ ਖੋਜੀਐ ਹਰ ਨਾਮੋ ਲਹਿੋ ਸਮਾਲ ਇਸ ਹਰ ਮੰਦਨ ਨੂੰ ਗੁਰੂ ਦੇ ਸ਼ਬਦ ਦੇ ਰਾਹੀ ਹੀ ਲੱਭਿਆ ਜਾ ਸਕਦਾ ਹੈ ਏ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਅਤੇ ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਭ ਕੇ ਰੱਖ ਮਨ ਮੇਰੇ ਸਬਦ ਰਪੈ ਰੰਗ ਹੋਏ ਏ ਮੇਰੇ ਮਾਨ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਛੜ ਜਾਂਦਾ ਹੈ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸੱਚੀ ਸੋਏ ਰਹਾਉ ਉਸ ਨੂੰ ਸਦਾ ਸਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਸ ਦੀ ਸੋਭਾ ਸਦਾ ਲਈ ਲੋਕ ਪਰਲੋਕ ਵਿੱਚ ਖਿੱਲਰ ਜਾਂਦੀ ਹੈ ਉਸ ਮਨੁੱਖ ਦਾ ਸ਼ਰੀਰ ਪਰਮਾਤਮਾ ਦਾ ਕਦੇ ਨਾ ਡੋਲਣ ਵਾਲਾ ਘਰ ਬਣ ਜਾਂਦਾ ਹੈ ਉਸ ਦਾ ਸ਼ਰੀਰ ਅਜੇਹਾ ਹਰ ਮੰਦਰ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ ਹਰ ਮੰਦਰ ਇਹੋ ਸ਼ਰੀਰ ਹੈ ਗਿਆਰ ਰਤਨ ਪਰਗਟ ਹੋਏ हे ਭਾਈ ਮਨੁੱਖ ਦਾ ਇਹ ਸ਼ਰੀਰ ਹਰ ਮੰਦਰ ਹੈ ਪਰ ਇਹ ਭੇਤ ਸਤਗੁਰੂ ਦੀ ਬਖਸ਼ੀ ਆਤਮਿਕ ਜੀਵਨ ਦੀ ਕੀਮਤੀ ਸੋਚ ਦੇ ਰਾਹੇ ਖੋਲਦਾ ਹੈ ਮਾਨਮੁਖ ਮੋਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਆਪਣੇ ਮਨ ਦੇ ਪਿੱਛੇ ਧੋਣ ਵਾਲੇ ਜਗਤ ਦੇ ਮੋਲ ਪਰਮਾਤਮਾ ਨਾਲ ਸਾਝ ਨਹੀਂ ਪਾਉਂਦੇ ਇਸ ਵਾਸਤੇ ਉਹ ਸਮਝਦੇ ਹਨ ਕਿ ਮਨੁੱਖ ਦੇ ਅੰਦਰ ਹਰ ਮੰਦਰ ਨਹੀਂ ਹੋ ਸਕਦਾ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ हे भाई ए मनुखा शरीर हर मंदिर प्रभु जी ने आप बनाया है और अपने हुक्म नाल सजा रखा है तुर लेख लिखया सो कमावणा कोई ना मेटण हार तुर दगा तो हर एक मनुख दे कीते कर्मा अनुसार जेड़ा लेख हर एक शरीर हर मंदिर विच लिखया जांदा है उस लेख अनुसार हर एक प्राणी नु तुरना पेंदा है ਕੋਈ ਮਨੁੱਖ ਆਪਣੇ ਕਿਸੇ ਉਦਮ ਨਾਲ ਉਸ ਲੇਖ ਨੂੰ ਮਿਟਾੜ ਜੋਗਾ ਨਹੀਂ ਹੈ ਸਬਦ ਅਚੀਨ ਸੁਖ ਪਾਇਆ ਸੱਚਾ ਨਾਇ ਪਿਆਰ ਏ ਭਾਈ ਗੁਰੂ ਦੇ ਸ਼ਬਦ ਦੇ ਰਾਹੀ ਸਦਾ تیر ਹਰ ਨਾਮ ਵਿੱਚ ਜਿਸ ਮਨੁੱਖ ਨੇ ਪਿਆਰ ਪਾਇਆ ਉਸ ਨੇ ਗੁਰੂ ਦੇ ਸ਼ਬਦ ਨਾਲ ਸਾਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ ਹਰ ਮੰਦਰ ਸਬਦ ਦੇ ਸੋਹਣਾ ਕੰਚਨ ਕੋਟ ਅਪਾਰ ਉਸ ਮਨੁੱਖ ਦਾ ਸ਼ਰੀਰ ਹਰ ਮੰਦਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸੋਨਾ ਬਣ ਗਿਆ ਉਹ ਹਰ ਮੰਦਰ ਬੇਅੰਤ ਪ੍ਰਭੂ ਦੇ ਨਿਵਾਸ ਵਾਸਤੇ ਮਾਨੋ ਸੋਨੇ ਦਾ ਕਿਲਾ ਬਣ ਗਿਆ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰ ਅੰਧਾਰ ਏ ਪਾਈ ਇਹ ਸਾਰਾ ਸੰਸਾਰ ਵੀ ਹਰ ਮੰਦਰ ਹੀ ਹੈ ਪਰਮਾਤਮਾ ਦੇ ਰਹਿਣ ਦਾ ਘਰ ਹੈ ਪਰ ਗੁਰੂ ਦੀ ਛਾਣ ਤੋਂ ਬਿਨਾ ਆਤਮਕ ਜੀਵਨ ਵੱਲ ਕੋਪਹ ਨੇਰਾ ਬਣਿਆ ਰਹਿੰਦਾ ਹੈ ਅਤੇ ਜੀਵਾ ਨੂੰ ਇਸ ਭੇਦ ਦੀ ਸਮਝ ਨਹੀਂ ਪੈਂਦੀ। ਤੋ ਜਾਪਾਉ ਕਰ ਪੂਜ ਦੇ ਮਨਮੁਖ ਅੰਧ ਗਵਾਰ ਆਪਣੇ ਮਨ ਦੇ ਪਿੱਛੇ ਧਣ ਵਾਲੇ ਮਨੁਖ ਆਤਮਕ ਜੀਵਨ ਵੱਲ ਅੰਨੇ ਹੋਏ ਹੋਏ ਮੂਰਖ ਮਨੁਖ। ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ پا ਕੇ ਉਸ ਨੂੰ ਪੂਜਦੇ ਸਤਕਾਰ ਦੇ ਰਹਿੰਦੇ ਹਨ ਜਿੱਥੇ ਲੇਖਾ ਮੰਗਿਆ ਤਿੱਥੇ ਦੇਹ ਜਾਤ ਨਾ ਜਾਏ ਹੈ ਪਾਈ ਜਿੱਥੇ ਪਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਮਨੁੱਖ ਦੇ ਨਾਲ ਨਾ ਇਹ ਸਰੀਰ ਜਾਂਦਾ ਹੈ ਨਾ ਉੱਚੀ ਨੀਵੀਂ ਜਾਤ ਜਾਂਦੀ ਹੈ ਸਚ ਰਤੇ ਸੇ ਉੱਭਰੇ ਦੁਖੀਏ ਦੁਜੈ ਪਾਏ ਜਿਹੜੇ ਮਨੁੱਖ ਸਦਾ ਸਿਰ ਹਰ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਉਥੇ ਲੇਖਾ ਹੋਣ ਸਮੇ ਸੁਰਖਰੂ ਹੋ ਜਾਂਦੇ ਹਨ ਜਿਹੜੇ ਮਾਇਆ ਦੇ ਪਿਆਰ ਵਿੱਚ ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ ਉਹ ਉਥੇ ਦੁਖੀ ਹੁੰਦੇ ਹਨ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਗੂਜਹਿ ਮੁਗਦ ਗਵਾਰ हे भाई ए शरीर हर मंदिर विच परमात्मा दा नाम मनुख वास्ते खजाना है पर मूर्ख बंदे ए गल नहीं समझ दे गौर परसादी चीन्या हर राखिया और तार जिना ने गुरु दी कृपा नाल ए भेद समझ लिया ओना ने परमात्मा दा नाम अपने हृदय विच सांभ के रख लिया ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਤ ਰਤੇ ਰੰਗ ਲਾਏ ਹੈ ਪਾਈ ਜਿਹੜੇ ਮਨੁੱਖ ਗੁਰੂ ਦੇ ਰਾਹੀ ਪਰਮਾਤਮਾ ਨਾਲ ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ ਦੀ ਕਾਦਰ ਸਮਾਈ ਲੈਂਦੇ ਹਨ ਪਤਿਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਈ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿ ਕੇ ਸੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਹਰ ਮੰਦਰ ਹਰ ਕਾ ਹੱਟ ਹੈ ਰੱਖਿਆ ਸਵਦ ਸਵਾਰ ਏ ਭਾਈ ਇਹ ਮਨੁੱਖਾ ਸ਼ਰੀਰ ਹਰ ਮੰਦਰ ਪਰਮਾਤਮਾ ਦੇ ਨਾਮ ਵਖਰ ਦਾ ਹੱਟ ਹੈ ਇਸ ਹੱਟ ਨੂੰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ ਇਸ ਸਰੀਰ ਹਾਟ ਵਿੱਚ ਪਰਮਾਤਮਾ ਦਾ ਨਾਮ ਸੌਦਾ ਮਿਲ ਸਕਦਾ ਹੈ। ਤਿਸ ਵਿੱਚ ਸੌਦਾ ਇੱਕ ਨਾਮ ਗੁਰਮੁਖ ਲੈਣ ਸਵਾਰ। ਪਰ ਸਿਰਫ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਪਣੇ ਜੀਵਨ ਨੂੰ ਸੋਨਾ ਬਣਾ ਕੇ ਇਹ ਸੌਦਾ ਲੈਂਦੇ ਹਨ। ਹਰ ਮੰਦਰ ਮਹਿਮਨ ਲੋਹਟ ਹੈ। ਮੋਹਿਆ ਦੂਜੈ ਪਾਏ। ਹੇ ਭਾਈ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਜੀਵਨ ਦੀ ਰਾਸ ਪੁੰਜੀ ਲੋਟਾ ਬੈਠਦਾ ਹੈ ਉਸ ਦਾ ਮਨ ਇਸ ਸਰੀਰ ਹਰ ਮੰਦਰ ਵਿੱਚ ਲੋਹਾ ਹੀ ਬਣਿਆ ਰਹਿੰਦਾ ਹੈ پارਸ ਭੇਟੀਐ ਕੰਚਨ ਪਿਆ ਕੀਮਤ ਕਹਿ ਨਾ ਚਾਏ ਪਰ ਹਾਂ ਜੇ ਗੁਰੂ پارਸ ਮਿਲ ਪੇ ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ ਸੋਨਾ ਹੋ ਜਾਂਦਾ ਹੈ ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਹਰ ਮੰਦਰ ਮੈਂ ਹਰ ਵਸ ਹੈ ਸਾਰਾਬਰ ਨਿਰੰਤਰ ਸੋਏ ਏ ਪਾਈ ਇਹ ਸਰੀਰ ਹਰ ਮੰਦਰ ਵਿੱਚ ਪਰਮਾਤਮਾ ਆਪ ਵਸਦਾ ਹੈ ਉਹ ਪਰਮਾਤਮਾ ਸਭ ਜੀਵਾਂ ਵਿੱਚ ਹੀ ਇੱਕ ਰਸ ਵਸਰਿਆ ਹੈ ਨਾਨਕ ਗੁਰਮੁਖ ਵਣ ਜੀਐ ਸੱਚਾ ਸੋਦਾ ਹੋਏ ਏ ਨਾਨਕ ਸਰਬ ਨਿਵਾਸੀ ਪ੍ਰਭੂ ਦੇ ਨਾਮ ਦਾ ਸੋਦਾ ਗੁਰੂ ਦੇ ਰਾਹੀ ਵਣਜਿਆ ਜਾ ਸਕਦਾ ਹੈ ਇਹ ਸੋਦਾ ਸਦਾ ਕਾਇਮ ਰਹਿਣ ਵਾਲਾ ਸੋਦਾ ਹੈ ਪਰਬਤੀ ਮਹਲਾ 3 ਰਾਗ ਪਰਬਤੀ ਵਿੱਚ ਉਚਾਨ ਕੀਤੀ ਹੋਈ ਇਹ ਤਾਂ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਭੈ ਭਾਏ ਜਾਗੇ ਸੇ ਜਨ ਜਾਗਰਣ ਕਰੇ ਹੋ ਮੈ ਮੈਲ ਉਤਾਰ हे ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਆਦਬ ਵਿੱਚ ਰਹਿ ਕੇ ਪਰਮਾਤਮਾ ਦੇ ਪਿਆਰ ਵਿੱਚ ਟਿਕੇ ਕਾਮ ਆਦਿਕ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹ ਬੰਦੇ ਹੀ ਆਪਣੇ ਮਨ ਤੋਂ ਹਉਮੈ ਦੀ ਮੈਲ ਲਾ ਕੇ ਅਸਲ ਜਾਗਰੇ ਕਰਦੇ ਹਨ ਅਜਿਹੇ ਮਨੁੱਖ ਸਦਾ ਸੁਚੇਤ ਰਹਿੰਦੇ ਹਨ ਸਦਾ ਜਾਗ ਕੇ ਆਪਣਾ ਰਾਖੇ ਪੰਜ ਤਸ ਕਰ ਕਾਢੇ ਮਾਰ ਆਪਣਾ ਹਿਰਦਾ ਘਰ ਵਿਕਾਰਾਂ ਦੀ ਮਾਰ ਤੋਂ ਬਚਾ ਰੱਖਦੇ ਹਨ ਇਹਨਾਂ ਕਾਮਾਦਿਕ ਪੰਜ ਚੋਰਾ ਨੂੰ ਆਪਣੇ ਅੰਦਰੋਂ ਮਾਰ ਕੇ ਕੱਢ ਦਿੰਦੇ ਹਨ ਮਨ ਮੇਰੇ ਗੁਰਮੁਖ ਨਾਮ ਧਿਆਏ ਇਹ ਮੇਰੇ ਮਨ ਗੁਰੂ ਦੀ ਛਾਨ ਪਾ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਜਿਤ ਮਾਰਗ ਹਰ ਪਾਈਐ ਮਨ ਸੇ ਈ ਕਰਮ ਕਮਾਏ ਰਹਾਉ ਹੇ ਮਨ ਹੋਰ ਹੋਰ ਪੂਜਾ ਦੇ ਕਰਮ ਛੱਡ ਕੇ ਉਹੀ ਕਰਮ ਕਰਿਆਕਰ ਜਿਸ ਰਸਤੇ ਪਿਆ ਪਰਮਾਤਮਾ ਦਾ ਮਿਲਾਪ ਹੋ ਸਕੇ ਗੁਰਮੁਖ ਸਹਜ ਤੁਨ ਉਪਜੈ ਦੁਖ ਹਉ ਮੈਂ ਵਿੱਚੋਂ ਚੋ ਜਾਏ ਹੇ ਭਾਈ ਵਿਰੋਧੀ ਛਾਨ ਪਿਆ ਮਨੁੱਖ ਦੇ ਅੰਦਰ ਆਤਮਿਕਾ ਡੋਲਤਾ ਦੀ ਰੋਂ ਚੱਲ ਪੈਂਦੀ ਹੈ ਮਨੁੱਖ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ ਹਰ ਨਾਮਾ ਹਰ ਮਨ ਵਸੈ ਸਹਜੇ ਹਰ ਗੁਣ ਗਾਏ ਆਤਮਾ ਕਾ ਡੋਲਤਾ ਵਿੱਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ ਮਨੁੱਖ ਦੇ ਮਾਨ ਵਿੱਚ ਆਵਾਸਤਾ ਹੈ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਔਰ ਤਾਰ ਏ ਭਾਈ ਗੁਰੂ ਦੀ ਮਤ ਉਤੇ ਤੁਰ ਕੇ ਜਿਨਾ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹਨਾ ਦੇ ਮੋ ਲੋਕ ਪਰਲੋਕ ਵਿੱਚ ਸੋਣੇ ਹੋ ਜਾਂਦੇ ਹਨ ਐਥੇ ਓਥੇ ਸੋਖਕਣਾ ਜਪ ਹਰ ਹਰ ਉਤਰੇ ਪਾਰ ਉਹਨਾਂ ਨੂੰ ਇਸ ਲੋਕ ਅਤੇ ਪਰਲੋਕ ਵਿੱਚ ਬਹੁਤ ਆਨੰਦ ਮਿਲਦਾ ਹੈ ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ